ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਹਰਪ੍ਰੀਤ ਸਿੰਘ ਸੱਗੀ ਪਿੰਡ ਕਮਲਪੁਰ ਤੋਂ ਪਿਆਰੇ ਕਿਸਾਨ ਵੀਰੋ ਕੱਲ ਸੁਪਰ ਸੀਡਰ ਦੀ ਮਦਦ ਨਾਲ ਅਸੀਂ ਤਕਰੀਬਨ 3 ਕਿੱਲੇ ਦੇ ਕਰੀਬ ਕਣਕ ਬੀਜੀ ਹੈ ਔਰ ਜਿਦ ਤੱਕ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਨਾੜ ਤੇ ਪ੍ਰਾਲੀ ਜੋ ਹੈ ਵਿੱਚ ਹੀ ਉਤਰੀ ਗਈ ਹੈ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਲਚਿੰਗ ਹੋਈ ਆ ਔਰ ਨਾਲ ਹੀ ਨਾਲ ਕਣਕ ਬੀਜੀ ਜਾ ਚੁੱਕੀ ਹੈ। ਅ ਜੋ ਦਰਸ਼ਕ ਨਵੇਂ ਜੁੜੇ ਨੇ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਕਦੀ ਵੀ ਆਪਣੀ ਖੇਤਾਂ ਦੇ ਵਿੱਚ ਆਗਨ ਨਹੀਂ ਲਾਈ ਔਰ ਇਸ ਵਾਰ ਵੀ ਬਿਨਾਂ ਅਗ ਲਾਇਆ ਮਲਚਿੰਗ ਤਕਨੀਕ ਦੇ ਨਾਲ ਜੋ ਕਿ ਪੰਜਾਬ ਸਰਕਾਰ ਦੀਆਂ ਭਾਰਤ ਸਰਕਾਰ ਦੀਆਂ ਹਦਾਇਤਾਂ ਨੇ ਵੀ ਖੇਤਾਂ ਦੇ ਵਿੱਚ ਆਪਣੇ ਨਾੜ ਨੂੰ ਪਰਾਲੀ ਨੂੰ ਅਗ ਨਹੀਂ ਲਾਉਣੀ। ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਿਨਾ ਅੱਗ ਲਾਇਆ ਅਸੀਂ ਮਲਚਿੰਗ ਤਕਨੀਕ ਦੇ ਨਾਲ ਹੀ ਸੁਪਰ ਸੀਡਰ ਦੀ ਮਦਦ ਨਾਲ ਕਣਕ ਬੀਜੀ ਆ। ਔਰ ਬਹੁਤ ਅੱਛਾ ਲੱਗ ਰਿਹਾ ਦੇਖ ਕੇ ਵੀ ਨਵੀਆਂ ਚੀਜ਼ਾਂ ਆ ਰਹੀਆਂ ਨੇ ਔਰ ਗਾਂ ਤੋਂ ਗਾਂ ਖੇਤੀ ਕਰਨੀ ਕਾਫੀ ਸੌਖੀ ਹੋ ਰਹੀ ਆ। ਕੁਝ ਮੇਰੇ ਵਰਗੇ ਨਵੇਂ ਜੋ ਇਸ ਕਿੱਤੇ ਵੱਲ ਆ ਰਹੇ ਨੇ ਉਹਨਾਂ ਵਾਸਤੇ ਸੁਪਰ ਸੀਡਰ ਬਹੁਤ ਵਧੀਆ ਚੀਜ਼ ਹੈ। ਔਰ ਤੁਹਾਨੂੰ ਦਿਖਾ ਦਿੰਦਾ ਵੀ ਬੀਜਣ ਤੋਂ ਪਹਿਲਾਂ ਇਹ ਖੇਤ ਕੁਛ ਕਿਦਾਂ ਦੇ ਸੀਗੇ ਇਹ ਸੀ ਜ ਸਾਹਿਬੀਰੋ ਇਹ ਬਾਸਮਤੀ ਲਾਈ ਸੀ ਮੈਂ 11 ਕਿ ਇੱਕੋ ਜਿਹਾ ਕੱਲ ਸ਼ਾਮ ਤੱਕ ਤਿਆਰ ਕਰ ਦਿੱਤਾ ਗਿਆ ਕਣ ਬੀਜੀ ਆ ਚੁੱਕੀ ਆ ਕੁਛ ਜਿਹੜਾ ਅੱਜ ਆਪਾਂ ਅ ਬੀਜ ਦਿਆਂਗੇ ਇਹ ਤੁਸੀਂ ਦੇਖ ਸਕਦੇ ਹੋ ਵਿੱਚ ਹੀ ਨਾੜ ਔਰ ਤੂੜੀ ਪਰਾਲੀ ਜੋ ਹੈ ਵਿੱਚ ਐਜ਼ ਇਟ ਇਜ਼ ਇਦਾਂ ਹੀ ਹੈ ਕੋਈ ਅਸੀਂ ਆਗਨ ਨਹੀਂ ਲਾਈ ਕਈ ਕੁਝ ਵੀ ਅਸੀਂ ਚੁਕਾ ਕੇ ਕੁਝ ਨਹੀਂ ਕੀਤਾ ਇਹ ਐਜ਼ ਇਟ ਇਜ਼ ਹੀ ਸੁਪਰ ਸੀਡਰ ਦੀ ਮਦਦ ਨਾਲ ਅਸੀਂ ਵਿੱਚ ਹੀ ਬਾਵਾਂਗੇ ਔਰ ਇਦਾਂ ਹੀ ਕਣਕ ਵਿਜੀ ਜਾਏਗੀ ਔਰ ਬਾਕੀ ਜਦੋਂ ਕਣਕ ਉਗੇਗੀ ਉਸ ਤੋਂ ਬਾਅਦ ਉਹ ਵੀ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਜਾਊਗਾ ਇਹ ਦੇਖੋ ਇੱਕ ਖੁੱਛੀ ਦੇ ਤੇ ਵਿੱਚ ਟਰੈਕਟਰ ਆਏਗਾ ਤੇ ਉਹ ਸੁਪਰ ਸੀਡਰ ਦੀ ਮਦਦ ਨਾਲ ਅਸੀਂ ਨੂੰ ਕਣਕ ਵਿਜੀ ਜਾ ਜੀਗੇ ਉਰੇ ਕੋਈ ਇੱਕ ਕਿਲੇ ਦੇ ਕਰੀਬ ਰਕਵਾ ਜਿਹਦੇ ਵਿੱਚ ਇਸ ਵੇਲੇ ਬਾਸਮਤੀ ਦੀ ਨਾਲ ਤੁਸੀਂ ਦੇਖ ਰਹੇ ਹੋ ਅਸੀਂ ਪੰਜ ਦੇ ਪੰਜ ਕਿੱਲੇ ਚਾਹੇ ਝੋਨਾ ਹੋਵੇ ਚਾਹੇ ਬਾਸਮਤੀ ਹੋਵੇ ਅਸੀਂ ਸੁਪਰ ਸੀਡਰ ਦੀ ਮਦਦ ਨਾਲ ਹੀ ਕਣਕ ਬੀਜੀ ਹੈ ਔਰ ਮੈਂ ਇੱਥੇ ਬਾਰ-ਬਾਰ ਰਿਪੀਟ ਕਰਦਾ ਵੀ ਕੋਈ ਅੱਗ ਲਾਉਣ ਦੀ ਲੋੜ ਨਹੀਂ ਆ ਕੁਝ ਵੀ ਸੋਚਣ ਦੀ ਜ਼ਰੂਰਤ ਨਹੀਂ ਇਹਦੇ ਬਾਰੇ ਸਿਰਫ ਸੁਪਰ ਸੀਡਰ ਤੇ ਲਾਓ ਤੇ ਕਣਕ ਬੀਜੋ ਕੋਈ ਔਖਾ ਨਹੀਂ ਹੈ ਔਰ ਇਹਦਾ ਪਰ 1 ਏਕੜ ਦੇ ਕਰੀਬ ਜੋ ਖਰਚਾ ਹੁੰਦਾ ਵੀ ਬਹੁਤ ਹੀ ਰੀਜ਼ਨੇਬਲ ਹੈ। ਔਰ ਤਕਰੀਬਨ ਹੁਣ ਬਾਕੀ ਵੀ ਏਰੀਆ ਤਾਂ ਮੈਨੂੰ ਪਤਾ ਨਹੀਂ। ਸਾਡੇ ਏਰੀਏ ਵਿੱਚ ਜੋ ਰੇਟ ਚੱਲ ਰਿਹਾ ਉਹ 1 ਏਕੜ ਦੇ ਤਕਰੀਬਨ 2000 ਤੋਂ ਲੈ ਕੇ 2500 ਰੁਪਏ ਰੇਟ ਹੈ। ਬਾਕੀ ਏਰੀਆ ਟੂ ਏਰੀਆ ਥੋੜਾ ਜਿਹਾ ਡਿਫਰੈਂਟ ਹੋ ਸਕਦਾ ਆ ਪਰ ਸਾਡੇ ਏਰੀਏ ਦੇ ਵਿੱਚ ਜੋ ਹੋਇਆ ਉਹ 2000 ਰੁਪਏ ਨੂੰ ਏਕੜ ਦੇ ਕਰੀਬ ਖਰਚਾ ਹੁੰਦਾ। ਬਜਾਈ ਦਾ ਮੈਨੂੰ ਬੜੀ ਖੁਸ਼ੀ ਆ ਕਿ ਚਲੋ ਸੁਪਰ ਸੀਡਰ ਦੀ ਮਾਤ ਨਾਲ ਇਹਦਾਂ ਦਾ ਕੋਈਾਨੂੰ ਪ੍ਰੋਬਲਮ ਨਹੀਂ ਆਈ ਸੁਪਰ ਸੀਡਰ ਨਾਲ ਬਹੁਤ ਵਧੀਆ ਭਾਈ ਹੋ ਗਈ ਆ ਬਾਕੀ ਹੁਣ ਕਿਦਾਂ ਦਾ ਰਿਜ਼ਲਟ ਨਿਕਲਦਾ ਉਹ ਵੀ ਅਸੀਂ ਦੇਖਾਂਗੇ ਉਹਦੇ ਬਾਰੇ ਵੀ ਵੀਡੀਓ ਮੈਂ ਲੈ ਕੇ ਆਵਾਂਗਾ ਤੇ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਬਟਨ ਪ੍ਰੈਸ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹੋਰ ਇਦਾਂ ਦੀਆਂ ਵੀਡੀਓ ਜੋ ਵੀ ਮੈਂ ਬਣਾਵਾਂ ਅਪਲੋਡ ਕਰਾਂ ਉਹ ਤੁਹਾਡੇ ਤੱਕ ਪਹੁੰਚ ਸਕਣ थैंक यू सो मच